ਉਹਨਾਂ ਨੇ ਖਾਲਿਸਤਾਨ ਦੀ ਅਰਦਾਸ ਕੀਤੀ ਹੈ। ਇਹ ਨਾਅਰੇਬਾਜ਼ੀ ਨਹੀਂ ਹੈ, ਇਹ ਸਿੱਖ ਕੌਮ ਦੇ ਹਿਰਦੇ ਦੇ ਵਿੱਚੋਂ ਜਿਹੜੀ ਅਰਦਾਸ ਨਿਕਲੀ ਹੈ। ਜਦੋਂ ਮੈਂ ਸੰਦੇਸ਼ ਪੜ੍ਹ ਰਿਹਾ ਸੀ ਉਦੋਂ ਵੀ ਧੱਕੇ ਮਾਰੇ ਨੇ ਔਰ ਅਕਾਲ ਤਖ਼ਤ ਸਾਹਿਬ ਨੂੰ ਪੂਰਾ ਜੰਜੀਰਾਂ ਦੇ ਨਾਲ ਜਕੜਿਆ ਹੋਇਆ। ਪੰਜਾਬ ਦੇ ਅੰਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਦੇ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਨੂੰ ਸੰਦੇਸ਼ ਵੀ ਜਾਰੀ ਕੀਤਾ ਗਿਆ। ਇਸ ਦੌਰਾਨ ਮਾਹੌਲ ਉਸ ਵਕਤ ਤਣਾਅ ਭਰਿਆ ਹੋ ਗਿਆ ਜਦੋਂ ਖਾਲਿਸਤਾਨ ਸਮਰਥਕ ਰੈਡੀਕਲ ਗਰੁੱਪਾਂ ਵੱਲੋਂ ਜੁੜੇ ਲੋਕਾਂ ਨੇ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿੱਚ ਤਲਵਾਰ ਵੀ ਲਹਿਰਾਈ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੌਜੂਦ SGPC ਦੀ ਟਾਸਕ ਫੋਰਸ ਨੇ ਇਹਨਾਂ ਲੋਕਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਉਹਨਾਂ ਨਾਲ ਝੜਪ ਹੋ ਗਈ। ਉੱਥੇ ਹੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣਾ ਸਿੱਖਾਂ ਦਾ ਅਧਿਕਾਰ ਹੈ ਅਤੇ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਜੋ 1984 ਵਿੱਚ ਸ਼ਹੀਦ ਹੋਏ ਸੀ। ਖਾਲਿਸਤਾਨ ਦੀ ਨਾਅਰੇਬਾਜ਼ੀ ਪੂਰੀ ਜਾਇਜ਼ ਹੁੰਦੀ ਹੈ, ਸਿੱਖ ਆਪਣਾ ਹੱਕ ਮੰਗਦੇ ਹੈ। ਅਕਾਲ ਤਖ਼ਤ ਸਾਹਿਬ ਦੇ ਅੱਗੇ ਆ ਕੇ ਉਹਨਾਂ ਨੇ ਖਾਲਿਸਤਾਨ ਦੀ ਅਰਦਾਸ ਕੀਤੀ ਹੈ। ਇਹ ਨਾਅਰੇਬਾਜ਼ੀ ਨਹੀਂ ਹੈ, ਇਹ ਸਿੱਖ ਕੌਮ ਦੇ ਹਿਰਦੇ ਦੇ ਵਿੱਚੋਂ ਜਿਹੜੀ ਅਰਦਾਸ ਨਿਕਲੀ ਹੈ ਉਹ ਤੁਸੀਂ ਸੁਣ ਰਹੇ ਸੀਗੇ। ਉੱਥੇ ਹੀ ਜਥੇਦਾਰ ਧਿਆਨ ਸਿੰਘ ਮਨ ਨੇ ਦੱਸਿਆ ਕਿ ਅੱਜ ਸਾਡੇ ਨਾਲ ਮਤਰੇਈ ਮਾਂ ਵਰਗਾ ਸਲੂਕ ਹੋਇਆ ਹੈ ਕਿਉਂਕਿ ਜਦੋਂ ਅਸੀਂ ਸੁਨੇਹਾ ਕੌਮ ਨੂੰ ਸੁਣਾ ਰਹੇ ਸਨ ਤਾਂ ਸਾਡੇ ਨਾਲ ਵੀ ਧੱਕਾ ਮੁੱਕੀ ਹੋਈ ਹੈ। ਧਿਆਨ ਸਿੰਘ ਮਨ ਨੇ ਬਾਦਲ ਪਰਿਵਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੁਝ ਪਰਿਵਾਰਾਂ ਦਾ ਕਬਜ਼ਾ ਹੈ ਅਤੇ ਉਹ ਪਰਿਵਾਰ ਨਹੀਂ ਚਾਹੁੰਦੇ ਕਿ ਸਿੱਖ ਪੰਥ ਇਕੱਠਾ ਹੋਏ। ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਗਾਉਣ ਦੇ ਬਾਰੇ ਵਿੱਚ ਬੋਲਦੇ ਹੋਏ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਵੱਲੋਂ ਹੁੱਲੜਬਾਜ਼ੀ ਕੀ ਜਾਂਦੀ ਹੈ। ਇਹ ਗੁਰੂ ਘਰ ਹੈ, ਇਹ ਪੰਥ ਦਾ ਸਾਂਝਾ, ਇੱਥੇ ਕੋਈ ਕਿਸੇ ਵੀ ਧਰਮ ਦਾ ਆ ਕੇ ਕੋਈ ਵੀ ਬੰਦਾ ਇੱਥੇ ਸ਼ਰਧਾ ਭੇਟ ਕਰ ਸਕਦਾ, ਸ਼ਰਧਾਂਜਲੀ ਭੇਟ ਕਰ ਸਕਦਾ, ਪਰ ਅੱਜ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਇਆ। ਅੱਜ ਜਦੋਂ ਮੈਂ ਸੰਦੇਸ਼ ਪੜ੍ਹ ਰਿਹਾ ਸੀ ਉਦੋਂ ਵੀ ਧੱਕੇ ਮਾਰੇ ਨੇ ਔਰ ਅਕਾਲ ਤਖ਼ਤ ਸਾਹਿਬ ਨੂੰ ਪੂਰਾ ਜੰਜੀਰਾਂ ਦੇ ਨਾਲ ਜਕੜਿਆ ਹੋਇਆ। ਇਹ ਮੈਂ ਸਮਝਦਾ ਕਿ ਕੁਛ ਪਰਿਵਾਰਾਂ ਦਾ ਇੱਥੇ ਕਬਜ਼ਾ, ਉਹ ਪਰਿਵਾਰ ਨਹੀਂ ਚਾਹੁੰਦੇ ਕਿ ਪੰਥ ਇਕੱਠਾ ਹੋਵੇ, ਪੰਥ ਆਪਣੀ ਕੋਈ ਪਲਾਂਘ ਪੁੱਟੇ। ਅੱਜ ਉਹਨਾਂ ਨੇ, ਕਿਉਂਕਿ ਉਹਨਾਂ ਦਾ SGPC ਦੇ ਉੱਤੇ ਕਬਜ਼ਾ, ਉਹਨਾਂ ਨੇ ਅੱਜ ਆਪਣਾ ਜਿਹੜਾ ਇੱਥੇ ਪੂਰਾ ਜਿਹੜਾ ਰੋਹਬ ਆ ਉਹ ਇੱਥੇ ਦਿਖਾਇਆ ਔਰ ਪੂਰਾ ਸਾਰੀ ਸਿੱਖ ਕੌਮ ਨੂੰ ਇੱਥੇ ਜਲੀਲ ਕੀਤਾ, ਉਹ ਸਾਡੀ ਸ਼ਰਧਾ ਦੇ ਵਿੱਚ ਵਿਘਨ ਪਾਇਆ। ਅਸੀਂ ਕੌਮ ਦੇ ਨਾਂ ਜਿਹੜਾ ਸੰਦੇਸ਼ ਦਿੱਤਾ ਉਹ ਤੁਸੀਂ ਇੱਕ ਇੱਕ ਅੱਖਰ ਪੜ੍ਹ ਲਓ, ਅਸੀਂ ਤੁਹਾਨੂੰ ਉਹਦੀਆਂ ਕਾਪੀਆਂ ਦੇਵਾਂਗੇ। ਉਹਦੇ ਵਿੱਚ ਇੱਕ ਵੀ ਗੱਲ ਗਲਤ ਨਹੀਂ ਹੈਗੀ, ਉਹਦੇ ਵਿੱਚ ਜੋ ਕੁਛ ਕਿਹਾ ਉਹ ਕੌਮ ਦੇ ਭਲੇ ਵਾਸਤੇ, ਉਹ ਦੇਸ਼ ਦੇ ਭਲੇ ਵਾਸਤੇ, ਉਹ ਪੰਥ ਦੇ ਭਲੇ ਵਾਸਤੇ ਅਸੀਂ ਕਿਹਾ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸੰਦੇਸ਼ ਕੌਮ ਨੂੰ ਇੱਕਜੁੱਟ ਕਰਨ ਲਈ ਹੈ, ਨਾਲ ਹੀ ਅੱਜ ਲੋੜ ਹੈ ਸਾਰੀ ਸਿੱਖ ਸੰਗਤ ਅਕਾਲ ਤਖ਼ਤ ਦੇ ਦਾਇਰੇ ਵਿੱਚ ਆਏ। ਉਹਨਾਂ ਨੇ ਕਿਹਾ ਕਿ ਇਹ ਨਾਅਰੇਬਾਜ਼ੀ ਜੋ ਕੀਤੀ ਜਾਂਦੀ ਹੈ ਉਹ ਗਲਤ ਹੈ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਯਾਦ ਕੀਤਾ ਹੈ ਜੋ ਇਸ ਦਿਨ ਭਾਰਤੀ ਫੌਜ ਵੱਲੋਂ ਸ਼ਹੀਦ ਕੀਤੇ ਗਏ ਸਨ।
ਅਤੇ ਅੱਜ ਉਹਨਾਂ ਦੇ ਯਾਦ ਕਰਨ ਦੀ ਲੋੜ ਹੈ। ਅੱਜ ਦੇ ਦਿਨ ਭਾਰਤ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਹਿਤ 37 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਕੀਤਾ। ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਤਮਸਤਕ ਕਰਨ ਆਈਆਂ ਸੰਗਤਾਂ ਨੂੰ, ਜਿਸ ਵਿੱਚ ਬੱਚੇ, ਬਜ਼ੁਰਗ ਅਤੇ ਇਸਤਰੀਆਂ ਸਨ, ਭਾਰਤੀ ਫੌਜ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਗੋਲੀਆਂ ਮਾਰੀਆਂ ਗਈਆਂ। 92 ਤੱਕ ਅੰਗ ਜ਼ਖਮੀ ਹੋਏ ਜੋ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸੁਸ਼ੋਭਿਤ ਹਨ। ਸਿੱਖ ਕੌਮ ਦੇ ਪਿੰਡੇ ਤੇ ਇਹ ਹਮਲਾ ਇੱਕ ਨਾਸੂਰ ਦੀ ਤਰ੍ਹਾਂ ਹੈ, ਜਿਸ ਦੀ ਪੀੜ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਮਹਿਸੂਸ ਕਰਦੀ ਰਹੇਗੀ। ਭਾਰਤੀ ਫੌਜ ਵੱਲੋਂ ਇਸ ਹਮਲੇ ਦੌਰਾਨ ਲੁੱਟਿਆ ਕੀਮਤੀ ਖਜ਼ਾਨਾ ਵਾਪਸ ਨਹੀਂ ਕੀਤਾ। ਸਿੱਖਾਂ ਦਾ ਇਹ ਹੱਕ ਹੈ ਕਿ ਇਸ ਹਮਲੇ ਦਾ ਸੱਚ ਭਾਰਤ ਸਰਕਾਰ ਜਨਤਕ ਕਰੇ, ਤਾਂ ਕਿ ਪਤਾ ਲੱਗੇ ਕਿਹੜੀਆਂ ਕਿਹੜੀਆਂ ਏਜੰਸੀਆਂ ਇਨਵੋਲਵ ਸਨ। ਇਸ ਸ਼ਹੀਦੀ ਦਿਹਾੜੇ ਮੌਕੇ ਸਮੂਹ ਨਾਨਕ ਲੇਵਾ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉਹ ਆਪਣੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਅਤੇ ਕੌਮੀ ਮੁੱਦਿਆਂ ਨਾਲ ਸੰਬੰਧਿਤ ਮਸਲਿਆਂ ਨਾਲ ਨਜਿੱਠਣ ਲਈ ਮਿਲ ਬੈਠਣ ਵਾਲੀ ਸਿੱਖ ਪਰੰਪਰਾ ਨੂੰ ਮਜ਼ਬੂਤ ਕਰਨ, ਜੋ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਸਿੱਖ ਸੰਸਥਾਵਾਂ ਨੂੰ ਅੰਦਰੋਂ ਅਤੇ ਬਾਹਰੋਂ ਢਾਲ ਲਾਉਣ ਵਾਲੀਆਂ ਤਾਕਤਾਂ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਹੱਦਾਂ ਦੀ ਉਲੰਘਣਾ ਨਾ ਕਰਨ। ਅਜਿਹੀਆਂ ਤਾਕਤਾਂ ਨੂੰ ਸਿੱਖ ਕੌਮ ਵੱਲੋਂ ਹੱਦਾਂ ਉੱਤੇ ਰੋਕਣਾ ਵੀ ਆਉਂਦਾ ਹੈ। ਕੇਂਦਰ ਅਤੇ ਪੰਜਾਬ ਪੱਧਰ ਦੀਆਂ ਕੁਝ ਅਜਿਹੀਆਂ ਤਾਕਤਾਂ ਦੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰਕੇ ਪੰਜਾਬ ਦੇ ਮਾਹੌਲ ਦੇ ਵਿੱਚ ਬੇਲੋੜੀ ਭੜਕਾਹਟ ਕਰਨ ਦੀ ਤਾਕ ਵਿੱਚ ਰਹਿੰਦੀਆਂ ਹਨ। ਸਾਨੂੰ ਇਹਨਾਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਿੱਖਾਂ ਕੋਲ ਆਪਣੀ ਰਾਖੀ ਕਰਨ ਦੇ ਨਾਲ ਨਾਲ ਹੋਰਨਾਂ ਨੂੰ ਸੁਰੱਖਿਆ ਦੇਣ ਵਾਲੀਆਂ ਜੋ ਮਹਾਨ ਇਤਿਹਾਸਕ ਪਰੰਪਰਾਵਾਂ ਮੌਜੂਦ ਹਨ, ਹਰ ਸਿੱਖ ਨੂੰ ਉਹਨਾਂ ਪਰੰਪਰਾਵਾਂ ਉੱਪਰ ਚੇਤਨ ਮਨ ਨਾਲ ਪਹਿਰੇਦਾਰੀ ਕਰਨ ਵਾਲੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚਲੋ ਜੀ, ਹੋ ਗਿਆ। ਅੰਮ੍ਰਿਤਸਰ ਤੋਂ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।